तेरी को गलती दे नाल हानिया हर एक दे बुला ते हुन आया मेरा ना मेरी जिंद नू पवाले पौन वाले आवे तू जिपसी ते का तो लिखवाया मेरा ना निया जिदी दे हरी रख डोली दे दियो 5000 तो बाद तुसी गीत गाए ने ते अज असी देखिया हालातां बारे हालात भी बहुत वधिया नहीं है की कारण समझदे हो हालातां नूं कारण ता तुसी जिद्दां सब नूं पता ही कि मैं इन्ने गीत गाए ने मैं इन्ने सारे स्टारां नाल रल के गीत गाए ने और मैनूं ता एक गीत गाउण दा एक मेहनताना मिलदा कोई मैनूं घट पैसे दिंदा वध ता मैं कदी कह नहीं सकदी कि मैनूं किसे ने वध पैसे भी दित्ते ने ਜਿੰਨੇ ਅਸੀਂ ਮੰਗਦੇ ਉਹ ਤੋਂ ਸਾਨੂੰ 4 ਗੁਣਾ ਘੱਟ ਹੀ ਪੈਸੇ ਮਿਲਦੇ ਨੇ ਹੁਣ ਉਹਨੇ ਪੈਸਿਆਂ ਨਾਲ ਅਸੀਂ ਕੀ ਮਹਿਲ ਖੜਾ ਕਰ ਸਕਦੇ ਹਾਂ ਭਾਜੀ ਤੇ ਇਸ ਕਰਕੇ ਇਹ ਇਹੀ ਵਜ੍ਹਾ ਹੈ ਕਿ ਅਸੀਂ ਅੱਗੇ ਨਹੀਂ ਆ ਪਾਏ ਮੇਰੀ ਡੋਲੀ ਨੂੰ ਲਗੜੇ ਛਾਪੇ ਨੀ ਮਾਂ ਮੈਨੂੰ ਵਿਦਿਆ ਕਰਨ ਅੱਛਾ ਜੀ ਮੇਰੇ ਤਾਂ ਕੋਈ ਐਸਾ ਸਮਾਂ ਆਇਆ ਸੀ ਕਿ ਮੈਂ ਮਦਦ ਵਾਸਤੇ ਮੈਂ ਸੋਸ਼ਲ ਮੀਡੀਆ ਤੇ ਆਈ ਔਰ ਮੈਂ ਕਾਫੀ ਗੁਹਾਰ ਲਗਾਈ ਕਿਉਂਕਿ ਕੋਈ ਬੰਦਾ ਜਾਣ ਬੁੱਝ ਕੇ ਸੋਸ਼ਲ ਮੀਡੀਆ ਤੇ ਨਹੀਂ ਆਉਂਦਾ ਕਿ ਮੇਰੀ ਹੈਲਪ ਕਰੋ ਮੇਰੀ ਮਦਦ ਕਰੋ ਆਪਣੀ ਇਨਸਲਟ ਬੇਸੀ ਕੋਈ ਵੀ ਨਹੀਂ ਜਾਣ ਬੁੱਝ ਕੇ ਕਰਵਾਉਂਦਾ ਔਰ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ ਜਿੰਨਾਂ ਨਾਲ ਮੇਰਾ ਇਹ ਗੀਤ ਹੈ ਬੁੱਝ ਤਾਂ ਗਿਆ ਸੀ ਮੇਰੇ ਨੈਣ ਦੇ ਕੇ ਹਰਦੇਵ ਮਾਹੀ ਨੰਗਲ ਸਾਹਿਬ ਬੁੱਝ ਤਾਂ ਗਿਆ ਸੀ ਮੇਰੇ ਨੈਣ ਦੇਖ ਕੇ ਗੱਲ ਮੈਂ ਕੋਈ ਦਿਲ ਚ ਲਕੋਈ ਹੋਵੇਗੀ ਕਿ ਗੱਲ ਮੈਂ ਕੋਈ ਦਿਲ ਚ ਲਕੋਈ ਹੋਵੇਗੀ ਉਹਨਾਂ ਨੇ ਮੈਂ ਬੜੇ ਫੋਨ ਕੀਤੇ ਮੈਂ ਕਿਹਾ ਭਾਅ ਜੀ ਮੇਰੀ ਮਦਦ ਕਰੋ ਮੇਰੀ ਸਹਾਇਤਾ ਕਰੋ ਭਾਅ ਜੀ ਨੇ ਮੈਨੂੰ 2-3 ਮਹੀਨੇ ਆਪਣੇ ਪਿੱਛੇ ਲਾਈ ਰੱਖਿਆ ਕੋਈ ਨਹੀਂ ਮੈਂ ਤੈਨੂੰ ਹਫ਼ਤੇ ਬਾਅਦ ਫੋਨ ਕਰਦਾ ਇਹ ਉਹ ਪਰ ਮੈਨੂੰ ਕੋਈ 1 ਰੁਪਏ ਦੀ ਵੀ ਉਹਨਾਂ ਨੇ ਮਦਦ ਨਹੀਂ ਕੀਤੀ ਹਾਰ ਕੇ ਉਹਨਾਂ ਨੇ ਫੋਨ ਚੱਕਣਾ ਬੰਦ ਕਰਤਾ ਔਰ ਸਾਡੇ ਜਿਹੜੇ ਰਾਜ ਗਾਇਕ ਹੰਸਰਾਜ ਹੰਸ ਜੀ ਨੇ ਉਹਨਾਂ ਨੂੰ ਮੈਂ ਕਾਲ ਕੀਤੀ ਹਾਰ ਕੇ ਜਦੋਂ ਕਿ ਕੋਈ ਬਹੁਤ ਮੇਰੀ ਕੋਈ ਆਪਸ਼ਨ ਮੇਰੇ ਕੋਲ ਹੋਰ ਨਹੀਂ ਸੀ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਸਰ ਇਦਾਂ ਮੈਂ ਤੁਸੀਂ ਮੈਨੂੰ ਜਾਣਦੇ ਹੋ ਮੇਰੇ ਡੈਡੀ ਵੀ ਤੁਹਾਡੇ ਕਾਫੀ ਦੋਸਤ ਸੀਗੇ ਤੇ ਮੈਨੂੰ ਹੁਣ ਬਹੁਤ ਮਦਦ ਦੀ ਲੋੜ ਆ ਲੋਕਡਾਊਨ ਚੱਲ ਰਿਹਾ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਚਲੋ ਤੁਸੀਂ ਫੋਨ ਤੇ ਕੁਝ ਸੁਣਾਓ ਬੇਟਾ ਮੈਂ ਉਹਨਾਂ ਨੂੰ ਸੂਫੀ ਕਲਾਮ ਸੁਣਾਇਆ ਕਹਿੰਦੇ ਤੁਸੀਂ ਤਾਂ ਬਹੁਤ ਸੁਰੀਲੇ ਹੋ ਤੇ ਦੱਸੋ ਕੀ ਗੱਲ ਹੈ ਮੈਂ ਕਿਹਾ ਸਰ ਮੈਨੂੰ ਮਦਦ ਦੀ ਲੋੜ ਆ ਕਹਿੰਦੇ ਵੀ ਨਹੀਂ ਅਸੀਂ ਤਾਂ ਆਪ ਉੱਜੜ ਗਏ ਲੁੱਟੇ ਪੁੱਟੇ ਗਏ ਅਸੀਂ ਤੇਰੀ ਮਦਦ ਕੀ ਕਰੀਏ ਕਰੋਨਾ ਚੱਲਦਾ ਪਿਆ ਅਸੀਂ ਬਹੁਤ ਬਰਬਾਦ ਹੋ ਚੁੱਕੇ ਹਾਂ ਤੇ ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਬੜਾ ਸ਼ੌਕਡ ਹੋ ਗਈ ਇੱਕਦਮ ਮੈਂ ਹੈਰਾਨ ਹੋਈ ਔਰ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਠੀਕ ਹੈ ਜੇ ਤੁਹਾਡੇ ਵਰਗੇ ਲੋਕ ਬਰਬਾਦ ਹੋ ਗਏ ਨੇ ਤੇ ਅਸੀਂ ਤੇ ਬਿਲਕੁਲ ਛੋਟੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅੱਜ ਤੁਹਾਨੂੰ ਜਿਸ ਗਾਇਕਾ ਨਾਲ ਮਿਲਾਉਣ ਜਾ ਰਹੇ ਹਾਂ ਉਸ ਨੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ 5000 ਤੋਂ ਵੱਧ ਗੀਤ ਜਿਹੜੇ ਗਾ ਕੇ ਸੁਣਾਏ ਨੇ ਅਤੇ ਉਸ ਦੇ ਹਾਲਾਤਾਂ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਵੀ ਕਿਸ ਹਾਲਾਤਾਂ ਵਿੱਚ ਉਹ ਜਿਹੜਾ ਆਪਣਾ ਜ਼ਿੰਦਗੀ ਬਤੀਤ ਕਰ ਰਹੇ ਨੇ ਜੀ ਮੈਂ ਗੱਲ ਕਰ ਰਿਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਮਨ ਭੱਟੀ ਜੀ ਸੁਮਨ ਭੱਟੀ ਸਾਡੇ ਨਾਲ ਹੈ ਸੁਮਨ ਭੱਟੀ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਕਿਸ ਤਰ੍ਹਾਂ ਦੇ ਦਿਓ 5000 ਤੋਂ ਬਾਅਦ ਤੁਸੀਂ ਗੀਤ ਗਾਏ ਨੇ ਹਾਂਜੀ ਤੇ ਅੱਜ ਅਸੀਂ ਦੇਖਿਆ ਹਾਲਾਤਾਂ ਬਾਰੇ ਹਾਲਾਤ ਵੀ ਬਹੁਤ ਵਧੀਆ ਨਹੀਂ ਹੈ ਹਾਂਜੀ ਕੀ ਕਾਰਨ ਸਮਝਦੇ ਹੋ ਹਾਲਾਤਾਂ ਨੂੰ ਇਸ ਚੀਜ਼ ਨੂੰ ਕਾਰਨ ਤਾਂ ਤੁਸੀਂ ਜਿੱਦਾਂ ਸਭ ਨੂੰ ਪਤਾ ਹੀ ਕਿ ਮੈਂ ਇੰਨੇ ਗੀਤ ਗਾਏ ਨੇ ਮੈਂ ਇੰਨੇ ਸਾਰੇ ਸਟਾਰਾਂ ਨਾਲ ਰਲ ਕੇ ਗੀਤ ਗਾਏ ਨੇ ਔਰ ਮੈਨੂੰ ਤਾਂ ਇੱਕ ਗੀਤ ਗਾਉਣ ਦਾ ਇੱਕ ਮਿਹਨਤਾਨਾ ਮਿਲਦਾ ਕੋਈ ਮੈਨੂੰ ਘੱਟ ਪੈਸੇ ਦਿੰਦਾ ਵੱਧ ਤਾਂ ਮੈਂ ਕਦੀ ਕਹਿ ਨਹੀਂ ਸਕਦੀ ਕਿ ਮੈਨੂੰ ਕਿਸੇ ਨੇ ਵੱਧ ਪੈਸੇ ਵੀ ਦਿੱਤੇ ਨੇ ਜਿੰਨੇ ਅਸੀਂ ਮੰਗਦੇ ਉਹ ਤੋਂ ਸਾਨੂੰ 4 ਗੁਣਾ ਘੱਟ ਹੀ ਪੈਸੇ ਮਿਲਦੇ ਨੇ ਹੁਣ ਉਹਨੇ ਪੈਸਿਆਂ ਨਾਲ ਅਸੀਂ ਕੀ ਮਹਿਲ ਖੜਾ ਕਰ ਸਕਦੇ ਹਾਂ ਭਾਜੀ ਤੇ ਇਸ ਕਰਕੇ ਇਹ ਇਹੀ ਵਜ੍ਹਾ ਹੈ ਕਿ ਅਸੀਂ ਅੱਗੇ ਨਹੀਂ ਆ ਪਾਏ ਤੇ ਸ਼ੁਰੂਆਤ ਵੀ ਕਰਾਂਗੇ ਤੁਹਾਡੇ ਗੀਤ ਰਾਹੀਂ ਹਾਂਜੀ ਤੁਹਾਡੀ ਆਵਾਜ਼ ਤੋਂ 2 ਲਾਈਨ ਜਰੂਰ ਸਾਂਝੀ ਕਰ ਦਿਓ ਜੀ ਮੈਂ ਪੰਜਾਬੀ ਫੋਕ ਸੁਣਾਉਣ ਜਾ ਰਹੀ ਹਾਂ ਡੋਲੀ ਕਿਉਂਕਿ ਮੈਂ ਆਲ ਇੰਡੀਆ ਰੇਡੀਓ ਜਲੰਧਰ ਤੋਂ ਵੀ ਅਪਰੂਵਡ ਆ ਪਾਸ ਆ ਮੈਂ ਤੇ ਮੈਂ ਤੁਹਾਨੂੰ ਫੋਕ ਸੁਣਾਵਾਂਗੀ ਨੀਆ ਚੀਦੀ ਦੇ ਹੜੀ ਰੱਖ ਡੋਲੀ ਨੀ ਮਾਰਵਾ ਬਾਬੁਲ ਦੀ ਬਣ ਕੇ ਗੋਲੀ ਨੀ ਮਾਂ ਨੀਆ ਜਿੱਦੀ ਦਿਹਾੜੀ ਰੱਖ ਮੇਰੀ ਡੋਲੀ ਨੂੰ ਲੱਗ
छापे नी मां मैनू विद्या करन मेरे मापे नी मां नी अज दी दिहाड़ी रख डोली नी मारवा बाबुल दी बन के गोली नी मां नी अज दी दिहाड़ी रख नी अज दी दिहाड़ी रख नी अज दी दिहाड़ी रख। बहुत प्यारी आवाज आ। तो गल करी सुमन जी, इन्नी वधिया आवाज दे मालक होने के बावजूद भी क्यों नहीं मुकाम हासिल हो सकिया? तो हुण तक किहड़े किहड़े वड्डे वड्डे कलाकारां नाल तुसीं काम कीता ना? हाँ जी, मैं पंजाब के काफ़ी सारे स्टार्स ना गा चुकी हाँ, जिदा कि राज बराड़ जी जेडे कि हूँ इस दुनिया में नहीं है, काफ़ी अफसोस है इस गल का। मनिंदर मंगा जी जिन्हों मेरा काफ़ी हिट गीत सीगा मेरे तो जिप्सी तो का तो लिखवाया मेरा नाम, कुलदीप रसीला जी, गिल हरदीप जी, दलविंदर दयालपुरी जी, जतेंद्र गिल और काफ़ी सारे ऐसे सिंगर ने जिन्हों मैं गा चुकी हाँ जी। बिल्कुल जी। तो गल करिए शुरुआत की, गल करिए गायकी का सफ़र कदों शुरू किया सुमन पट्टी ने? हाँ जी, मेरे डैडी द स्वर्गीय हरचरण सिंह पट्टी वो ऑलराउंडर से जिदा कलाकार से, गायक से, राइटर से, प्रोड्यूसर से, डायरैक्टर से। वो मैं दसते होंगे कि जो मम्मी तो डैड रियाज़ करते होंगे, मम्मी भी थोड़ा बहुत गाँवते होंगे सके, तो कहते तेरा रिदम के अंगूठा पैर का हिलता हों, तो मैं जन्म तो ही गायक मान सकते और प्रोफेशनली तौर पर मैं 6 साल की उम्र इस लाइन के आ गई सी। कह सकते भी गुड़ती में ही विरासत मिले जो गायकी मिली है? बिल्कुल जी, गुड़ती में कह सकते हैं। हाँ जी। तो दर्शकों को की सुनाओगे जो मनपसंद गीत हो जो सुपर हिट जो चलिया हो? मैं कितना रोई होगी गीत मेरा बहुत ज्यादा हिट सीगा, वो मैं सुना जा रही हाँ। बुझे ता गया सी मेरे नैण देख के, बुझे ता गया सी मेरे नैण देख के गल में कोई दिल च लकोई होवेगी, के गल में कोई दिल च लकोई होवेगी, मेरे अगे झूठा जेहा हस चंदरी, मेरे अगे झूठा जेहा हस चंदरी, मैं जानदा हाँ ओ भी किन्ना रोई होवेगी, के गल मैं कोई दिल च लकोई होवेगी। ते गल करिए उस्ताद दी, गल करिए उस्ताद कौन सी तुहाडे ते किन्ना समा तुसी सिखदे रहे? हाँ जी, मेरे उस्ताद मेरे डैडी सीगे और मैं बचपन तो ही उन्होंने को सीख रही हाँ और हुण तक उन्हां दी डैथ नू 6 साल हो चले ने, तो हुण तक मैनू वह सिखाते रहे जी। सुमन जी, किस तरह समझते हो कि एडे वे कलाकार गीत गाए और जोड़े कलाकार से अज थोड़े जो गा के वो सुपरहिट हो गए हैं, पर अब सुमन पट्टी उत्थे मुकाम से है, किस तरह देखते हो जी? भाजी, मैं इस बारे ये कहना चाहनी हाँ, काफ़ी कलाकार मेरे नाल गा के सुपरस्टार बन गए, कई मैं गा के स्टार बनी हाँ, पर उन्हां लोगों ने मेरा साथ नहीं दिता। पिछे जी मेरे तो कोई ऐसा समा आया सी कि मैं मदद वास्ते मैं सोशल मीडिया ते आई और मैं काफ़ी गुहार लगाई, क्योंकि कोई बंदा जानबूझ के सोशल मीडिया ते नहीं आता कि मेरी हेल्प करो, मेरी मदद करो, अपनी इंसल्ट बेसिक कोई भी नहीं जानबूझ के करवाउंदा, और मेरी किसी ने हेल्प नहीं की। जिन्हां नाल मेरा यह गीत है बुझता गया सी मेरे नैण देख के, हरदेव माही नंगल साहब, उन्होंने मैं बड़े फोन किए, मैं क्या भाजी मेरी मदद करो, मेरी सहायता करो। भाजी ने मैनू 2-3 महीने अपने पिछले लाई रखा, कोई नहीं मैं तैनू हफ्ते बाद फोन करदा ये वो, पर मैनू कोई 1 रुपये की भी उन्होंने मदद नहीं की, हार के उन्होंने फोन चकना बंद करता। और साढ़े जे राज गायक हंसराज हंस जी ने उन्होंने मैं कॉल की हार के, जो कि कोई बहुत मेरी कोई ऑप्शन मेरे को होर नहीं सी, मैं उन्होंने फोन किया, मैं क्या सर इदा मैं तुसी मैं जानते हो, मेरे डैडी भी थोड़े काफ़ी दोस्त सके, मैं हूँ बहुत मदद की लड़ आ, लॉकडाउन चल रहा है, तो उन्होंने मैंने कहा चलो तुसी फोन पर कुछ सुनाओ बेटा। मैं उन्होंने सूफी कलाम सुनाया, कहते तुसी तो बहुत सुरीले हो, तो दसो की गल है। मैं क्या सर मैं मदद की लड़ आ, कहते भी नहीं असी तो आप उजड़ गए, लुटे पुटे गए, असी तेरी मदद की करिए, करोना चलता पाया, असी बहुत बर्बाद हो चुके हैं। तो उन्होंने ये गल सुन के मैं बड़ा शॉक्ड हो गई एकदम, मैं हैरान हुई और मैं फिर उन्होंने कहा, मैं कहा सर ठीक है जो थोड़े वर्गे लोग बर्बाद हो गए तो असं तो बिल्कुल छोटे हाँ, ठीक है, मैं क्या जी धन्यवाद ताडा। ये गल के सुमन जी कभी किस्मत ना भी कहें भी गिला शिका होंगे भी उस्ताद एडे वधिया होण, एडे वधिया परमात्मा ने आवाज़ भी दी हुई, पर फिर भी जिंदगी कामयाबी नहीं मिली,
ਜਿਹੜੀ ਮਿਲਣੀ ਚਾਹੀਦੀ ਸੀ ਕਦੀ ਹੁੰਦਾ ਨਾਰਾਜ਼ਗੀ ਕਿਸਮਤ ਨਾਲ ਕਿ ਚੀਜ਼ ਬਿਲਕੁਲ ਭਾਜੀ ਹੁੰਦਾ ਜਦੋਂ ਮੈਂ ਜਾਣੀ ਆ ਮੈਨੂੰ ਮੇਰਾ ਵੀ ਦਿਲ ਕਰਦਾ ਮੇਰੇ ਕੋਲ ਵੀ ਗੱਡੀ ਹੋਵੇ ਕਾਰ ਹੋਵੇ ਮੇਰੇ ਕੋਲ ਵੀ ਵੱਡੀ ਕੋਠੀ ਹੋਵੇ ਪਰ ਤੁਸੀਂ ਹਾਲਾਤ ਮੇਰੇ ਘਰ ਦੇ ਦੇਖ ਚੁੱਕੇ ਹੋ ਹਨਾ ਤੇ ਕਿਹਦਾ ਦਿਲ ਨਹੀਂ ਕਰਦਾ ਕਿਉਂਕਿ ਅਸੀਂ ਲੋਕਾਂ ਨੇ ਕਾਫੀ ਰਿਆਜ਼ਾਂ ਕੀਤੀਆਂ ਨੇ ਆਪਣੇ ਉਸਤਾਦ ਦੀ ਡਾਂਟ ਖਾਧੀ ਆ ਥੱਪੜ ਤੱਕ ਖਾਦੇ ਨੇ ਔਰ ਮਨ ਤਾਂ ਹੁੰਦਾ ਵਾ ਨਾ ਫਿਰ ਜਦੋਂ ਅਸੀਂ ਦੇਖਦੇ ਆ ਜੋ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਕੈਸਟਾਂ ਕਰਕੇ ਟੀਵੀ ਦੀ ਐਡ ਲਗਾ ਕੇ ਲੱਖਾਂ ਰੁਪਈਏ ਉਹ ਸੁਪਰ ਸਟਾਰ ਬਣ ਗਏ ਨੇ ਜਦੋਂ ਉਹ ਲੋਕ 30-30 40 ਲੱਖ ਰੁਪਇਆ ਇੱਕ ਪ੍ਰੋਗਰਾਮ ਦਾ ਲੈਂਦੇ ਨੇ ਫਿਰ ਸਾਨੂੰ ਤਕਲੀਫ ਹੁੰਦੀ ਆ ਦਿਲ ਨੂੰ ਕਿ ਅਸੀਂ ਕਿੱਥੇ ਬੈਠੇ ਹਾਂ ਅਤੇ ਕਿਉਂ ਅਸੀਂ ਇੱਦਾਂ ਪਿੱਛੇ ਰਹਿ ਗਏ ਹਾਂ ਅਤੇ ਬੱਟੀ ਜੀ ਇਹ ਗੱਲ ਮੰਨਦੇ ਹੋ ਤੁਸੀਂ ਵੀ ਜਿਹੜੀ ਗਾਇਕੀ ਆ ਇਹ ਹਮੇਸ਼ਾ ਹੀ ਜਿਹੜੇ ਵੱਡੇ ਘਰਾਂ ਦੇ ਲੋਕ ਨੇ ਉਹਨਾਂ ਵਾਸਤੇ ਆ ਜਿਹੜੇ ਤੁਸੀਂ ਦੇਖਦੇ ਵੀ ਘਰੋਂ ਗਰੀਬ ਆ ਮਾੜੇ ਹਾਲਾਤ ਨੇ ਉਹਦੇ ਵਾਸਤੇ ਗਾਇਕੀ ਨਹੀਂ ਹੈ ਇਹ ਚੀਜ਼ ਤੁਸੀਂ ਸਮਝਦੇ ਹੋ ਜਿਹੜੀ ਗਾਇਕੀ ਦੀ ਆਪਾਂ ਗੱਲ ਕਰੀਏ ਗਾਇਕੀ ਤਾਂ ਤੁਹਾਨੂੰ ਪਤਾ ਕੁੱਲੀਆਂ 'ਚ ਹੀ ਵੱਸਦੀ ਆ ਜਿਹੜੇ ਗਾਇਕ ਹੁੰਦੇ ਨੇ ਉਹਨਾਂ ਨੂੰ ਉਹ ਪਹਿਰਾਵੇ ਦੀ ਲੋੜ ਨਹੀਂ ਆ ਉਹ ਕੁਛ ਵੀ ਪਾ ਕੇ ਆ ਸਕਦੇ ਨੇ ਕੋਈ ਫਟੇ ਕੱਪੜੇ ਪਾ ਕੇ ਵੀ ਗਾਣ ਉਹਨਾਂ ਲੋਕਾਂ ਨਾਲ ਉਹਨਾਂ ਦੇ ਗਲਾ ਦੇਖਣਾ ਪਰ ਗਾਇਕੀ ਦੀ ਆਪਾਂ ਗੱਲ ਨਾ ਕਰੀਏ ਅੱਜ ਕੱਲ੍ਹ ਜੋ ਮਾਹੌਲ ਆ ਉਹ ਇਹੀ ਆ ਕਿ ਜਿਹਦੇ ਕੋਲ ਜ਼ਮੀਨ ਆ ਉਹ ਜ਼ਮੀਨ ਵੇਚ ਵੱਟ ਕੇ ਉਹ ਪੈਸੇ ਲਾ ਕੇ ਅਤੇ ਉਹ ਗਾਇਕ ਬਣ ਜਾਂਦਾ ਅਤੇ ਸਾਡੇ ਵਰਗੇ ਜਿਹੜੇ ਜਿਹਨਾਂ ਨੇ ਰਿਆਜ਼ਾ ਕੀਤੀ ਉਹ ਪਿੱਛੇ ਰਹਿ ਜਾਂਦੇ ਨੇ ਅਸੀਂ ਮਜਬੂਰੀ ਦੇ ਨਾਲ ਸਾਡੀ ਉਮਰ ਸਾਰੀ ਲੰਘ ਜਾਂਦੀ ਆ ਕਿ ਕਦੋਂ ਸਾਡੀ ਰੱਬ ਸੁਣੇਗਾ ਜਦੋਂ ਕਦੋਂ ਕੋਈ ਐਸਾ ਇਨਸਾਨ ਆਊਗਾ ਅੱਗੇ ਜਿਹੜਾ ਸਾਨੂੰ ਪ੍ਰਮੋਟ ਕਰੇਗਾ ਇੱਦਾਂ ਦੀ ਗੱਲਬਾਤ ਆ ਅਤੇ ਮੈਨੂੰ ਦੱਸੋ ਵੀ ਜਦੋਂ ਤੁਹਾਡੇ ਪਿਤਾ ਜੀ ਦੀ ਸਿਹਤ ਨਹੀਂ ਠੀਕ ਸੀ ਉਹਨਾਂ ਨੂੰ ਪ੍ਰੋਬਲਮ ਆ ਗਈ ਸੀ ਹੋਇਆ ਕੀ ਸੀ ਉਹਨਾਂ ਨੂੰ ਅਤੇ ਉਸ ਤੋਂ ਬਾਅਦ ਜਦੋਂ ਦੁਨੀਆ ਤੋਂ ਚਲੇ ਜਾਂਦੇ ਨੇ ਫਿਰ ਘਰ ਦੇ ਹਾਲਾਤ ਕੀ ਸੀ ਕਿਉਂਕਿ ਘਰ 'ਚ ਕਮਾਉਣ ਵਾਲੇ ਉਹ ਇਕੱਲੇ ਸੀ ਉਸ ਤੋਂ ਬਾਅਦ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਹਾਂਜੀ ਮੇਰੇ ਡੈਡੀ ਨੂੰ 6-7 ਤਰ੍ਹਾਂ ਦੇ ਭਾਜੀ ਅਟੈਕ ਆਏ ਨੇ ਪਹਿਲਾਂ ਬ੍ਰੇਨ ਹੈਮਰੇਜ ਹੋਇਆ ਨਾ ਦਿਮਾਗ ਦੀ ਨਸ ਫਟ ਗਈ ਫਿਰ 1 ਮਹੀਨੇ ਬਾਅਦ ਉਹਨਾਂ ਦਾ ਪਾਸਾ ਸਾਰਾ ਸੌਂ ਗਿਆ ਗੁਰਦੇ ਫੇਲ ਹੋ ਗਏ ਸ਼ੂਗਰ ਲੈਵਲ ਬਿਲਕੁਲ ਘੱਟ ਗਿਆ ਕਾਫੀ 6-7 ਤਰ੍ਹਾਂ ਦੇ ਉਹਨਾਂ ਦੇ ਅਟੈਕ ਆਏ ਉਦੋਂ ਤੁਹਾਨੂੰ ਪਤਾ ਸੀ 3 ਭੈਣਾਂ ਆ ਔਰ ਘਰ ਦਾ ਖਰਚਾ ਚੁੱਕਣ ਵਾਲੇ ਇਕੱਲੇ ਉਹੀ ਸੀਗੇ ਪਰ ਉਸ ਤੋਂ ਬਾਅਦ ਤੁਸੀਂ ਸੋਚ ਹੀ ਸਕਦੇ ਹੋ ਕਿ ਕੀ ਹਾਲਾਤ ਕਰਦੇ ਹੋਣਗੇ ਕਦੀ ਅਸੀਂ ਰਾਤ ਨੂੰ 2:30 ਵਜੇ ਲੈ ਕੇ ਉਹਨਾਂ ਨੂੰ ਹੋਸਪਿਟਲ ਤੁਰ ਪੈਣਾ ਕਦੀ 9 ਵਜੇ ਅਤੇ ਉਹ ਘਰ ਦਾ ਜਿਹੜਾ ਗੁਜ਼ਾਰਾ ਹੁੰਦਾ ਵਾ ਤੁਹਾਨੂੰ ਪਤਾ ਬਹੁਤ ਔਖਾ ਹੋ ਜਾਂਦਾ ਸਾਡੇ ਵਰਗੇ ਜਿਹੜੇ ਜੇ ਸਾਡੇ ਕੋਲ ਪੈਸਾ ਹੋਵੇ ਅਸੀਂ ਕੁਛ ਵੀ ਕਰਕੇ ਆਪਣੇ ਬੰਦੇ ਦੀ ਆਪਾਂ ਜਾਨ ਬਚਾ ਸਕਦੇ ਹਾਂ ਆਪਣੇ ਚੀਜ਼ ਦੀ ਪਰ ਜਿਹੜਾ ਗਰੀਬ ਬੰਦਾ ਹੁੰਦਾ ਉਹਨੂੰ ਅੱਖਾਂ ਸਾਹਮਣੇ ਦੇਖਣਾ ਹੀ ਪੈਂਦਾ ਆਪਣਾ ਜੀ ਮਰਦਾ ਹੋਇਆ ਅਸੀਂ ਬਹੁਤ ਕੁਛ ਕੀਤਾ ਬਹੁਤ ਕੁਛ ਆਪਣਾ ਵੇਚਿਆ ਵੱਟਿਆ ਗਹਿਣੇ ਰੱਖਿਆ ਬਹੁਤ ਕੁਛ ਕੀਤਾ ਪਰ ਅਸੀਂ ਆਪਣੇ ਡੈਡੀ ਦੀ ਜਾਨ ਨਹੀਂ ਬਚਾ ਪਾਏ ਮਨ 'ਚ ਹਮੇਸ਼ਾ ਉਦਾਸੀ ਰਹੇਗੀ ਹਮੇਸ਼ਾ ਇੱਕ ਚੀਜ਼ ਦਾ ਗਿਲਾ ਰਹੇਗਾ ਵੀ ਸ਼ਾਇਦ ਅੱਜ ਸਾਡੇ ਕੋਲ ਪੈਸੇ ਹੁੰਦੇ ਤਾਂ ਸ਼ਾਇਦ ਆਪਣੇ ਪਿਤਾ ਦੀ ਮੈਂ ਜਾਨ ਬਚਾ ਸਕਦੇ ਅਸੀਂ ਬਿਲਕੁਲ ਇਹ ਗਿਲਾ ਹਮੇਸ਼ਾ ਰਹੇਗਾ ਔਰ ਤਕਲੀਫ ਵੀ ਰਹਿੰਦੀ ਆ ਭਾਅ ਜੀ ਇਸ ਗੱਲ ਦੀ ਹਾਂਜੀ ਅਤੇ ਹੋਰ ਕੀ ਸੁਣਾਓ ਸਾਡੇ ਦਰਸ਼ਕਾਂ ਨੂੰ ਜਿਹੜਾ ਤੁਹਾਡਾ ਬੇਹਦ ਮਨਪਸੰਦ ਵਾਲਾ ਗੀਤ ਹੋ ਜਿਹੜਾ ਹਾਂਜੀ ਮੈਂ ਆਪਣਾ ਜਿਪਸੀ ਗੀਤ ਸੁਣਾਊਂਗੀ ਜਿਹੜਾ ਕਿ ਸੁਪਰ ਡੁਪਰ ਹਿੱਟ ਗੀਤ ਆ ਤੈਨੂੰ ਸੋਚ ਕਿੱਥੋਂ ਆਈ ਜਾਨ ਦੁੱਖਾਂ ਵਿੱਚ ਪਾਈ ਸੋਚ ਕਿੱਥੋਂ ਆਈ ਜਾਨ ਦੁੱਖਾਂ ਵਿੱਚ ਪਾਈ ਤੇਰੀ ਇੱਕੋ ਗਲਤੀ ਦੇ ਨਾਲ ਹਾਣੀਆਂ ਹਰ ਇੱਕ ਦੇ ਬੁੱਲਾਂ ਤੇ ਹੁਣ ਆਇਆ ਮੇਰਾ ਨਾਂ ਵੇ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆ ਵੇ ਤੂੰ ਜਿਪਸੀ ਤੇ ਕਾਤੋਂ ਲਿਖਵਾਇਆ ਮੇਰਾ ਨਾਂ ਵੇ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆ ਵੇ ਤੂੰ ਜਿਪਸੀ ਤੇ ਕਾਤੋਂ ਲਿਖਵਾਇਆ ਮੇਰਾ ਨਾਂ ਅਤੇ ਇਮਨੇਸੋ ਵੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵੀ ਤੁਹਾਡੇ ਹੁਣ ਕੌਣ ਕੌਣ ਹੈ ਮੇਰੇ ਪਰਿਵਾਰ 'ਚ ਭਾਅ ਜੀ ਮੇਰੀ ਮੰਮਾ ਨੇ ਅਤੇ ਮੇਰੀ ਬੇਟੀ 5 ਸਾਲ ਦੀ ਪਰੀ ਆ ਆਹ ਦੇਖੋ ਮੈਂ ਉਹਦਾ ਟੈਟੂ ਵੀ ਬਣਵਾਇਆ ਅਤੇ ਇੱਕ ਮੈਂ ਆ ਔਰ ਦੋ ਮੇਰੀਆਂ ਸਿਸਟਰਸ ਨੇ ਉਹ ਵੀ ਘਰ ਦੇ ਲਾਗੇ ਰਹਿੰਦੀਆਂ ਨੇ ਅਤੇ ਮਨੇਸੋ ਵੀ ਜਦੋਂ ਹਾਲਾਤ ਮਾੜੇ ਸੀ ਨਹੀਂ ਸੀ ਕਿਸੇ ਨੇ ਚਾਰ ਸਪੇਰੇ ਬਾਂਹ ਫੜੀ ਅਤੇ ਉਸ ਟਾਈਮ 'ਤੇ ਫਿਰ ਕਦੇ ਮਨ 'ਚ ਇਹ ਸੋਚਿਆ ਸੀ ਵੀ ਗਾਇਕੀ ਛੱਡ ਦਈਏ ਕਿਉਂਕਿ ਸਭ ਕੁਛ ਤਾਂ ਚਲਾ ਗਿਆ ਅੱਜ ਤੱਕ ਕਿਸੇ ਨੇ ਹੱਥ ਨਹੀਂ ਫੜਿਆ ਜ਼ਿੰਦਗੀ 'ਚ ਤਰੱਕੀ ਨਹੀਂ ਮਿਲੀ ਮਨ 'ਚ ਕਿੰਨੇ ਉਸ ਚੀਜ਼ ਨੂੰ ਵਿਚਾਰ ਆਏ ਸੀ ਲੱਗੇ ਭਾਅ ਜੀ ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਦੀ ਹਾਂ ਗਾਇਕੀ ਛੱਡਣ ਬਾਰੇ ਜ਼ਿੰਦਗੀ 'ਚ ਕਦੀ ਵਿਚਾਰ ਨਾ ਆਇਆ ਨਾ ਆ ਸਕਦਾ ਕਿਉਂਕਿ ਗਾਇਕੀ ਨਾ ਹੁੰਦੀ ਤਾਂ ਅਸੀਂ ਕਦੋਂ ਦੇ ਮੈਂ ਹੀ ਮਰ ਜਾਂਦੀ ਕਿਉਂਕਿ ਮੈਂ ਗਾਇਕੀ ਨੂੰ ਇੰਨਾ ਪਿਆਰ ਕਰਦੀ ਹਾਂ ਸਾਡੇ ਘਰ ਦੇ ਵਿੱਚ ਇੱਕ ਸ਼ੁਰੂ ਤੋਂ ਡੈਡੀ ਦੱਸਦੇ ਹੁੰਦੇ ਸੀ ਕਿ ਜਿੰਨੀ ਮਰਜ਼ੀ ਗਰੀਬੀ ਹੋਵੇ ਭਾਵੇਂ ਅਸੀਂ ਬੇਸ਼ੱਕ ਕਹਿੰਦੇ ਸੀ ਰੋਟੀ ਨਾ ਸਾਡੇ ਘਰ ਬਣੀ ਹੋਵੇ ਹਫ਼ਤਾ ਹਫ਼ਤਾ 10-10 ਦਿਨ ਪਰ ਕਹਿੰਦੇ ਮੈਂ ਕਦੀ ਹਾਰਮੋਨੀਅਮ ਨਹੀਂ ਸੀ ਵੇਚਿਆ ਮੇਰੇ ਡੈਡੀ ਨੇ ਕਦੀ ਹਾਰਮੋਨੀਅਮ ਨਹੀਂ ਵੇਚਿਆ ਆਪਣਾ ਪੁਰਾਣਾ ਹਾਰਮੋਨੀਅਮ ਮੇਰੇ ਘਰੇ ਪਿਆ ਹੋਇਆ ਅਤੇ ਇਹ ਸਾਡੇ ਘਰ ਦਾ ਇੱਕ ਜਿਹੜਾ ਸੰਗੀਤ ਨੂੰ ਪਿਆਰ ਕਰਨ ਦਾ ਇੱਕ ਪਲੱਸ ਪੁਆਇੰਟ ਆ ਕਿ ਅਸੀਂ ਗਾਇਕੀ ਛੱਡਣ ਬਾਰੇ ਸੋਚ ਵੀ ਨਹੀਂ ਸਕਦੇ ਔਰ ਜੇ ਮੈਨੂੰ ਕਿਤੇ ਕਿਸੇ ਛੱਡਾ ਦਿੱਤੀ ਹੁੰਦੀ ਜਾਂ ਛੱਡੀ ਹੁੰਦੀ ਤਾਂ ਮੈਂ ਹੁਣ ਨੂੰ ਦੁਨੀਆ 'ਤੇ ਹੁੰਦੀ ਨਾ ਅਤੇ ਸੁਨੇਹਾ ਕੀ ਦੇਣਾ ਚਾਹੁੰਦੇ ਦਰਸ਼ਕਾਂ ਨੂੰ ਜਿਹੜੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇਖ ਰਹੇ ਨੇ ਕੀ ਬੇਨਤੀ ਕਰਨਾ ਚਾਹੁੰਦੇ ਸੁਨੇਹਾ ਤਾਂ ਮੈਂ ਇਹੀ ਦੇਣਾ ਚਾਹੁੰਦੀ ਹਾਂ ਕਿ ਸੋਹਣਾ ਚੰਗਾ ਸੁਣੋ ਅਸੀਂ ਡਾਂਗਾ ਸੋਟਿਆਂ ਵਾਲੇ ਗੀਤ ਨਾ ਸੁਣੀਏ ਨਸ਼ਿਆਂ ਤੋਂ ਦੂਰ ਰਹਿਣ
ते क्योंकि खाने वास्ते पीने वास्ते बहुत कुछ आ, दुध घ्यो मक्खन पनीर दही सारा कुछ आ, असी ये चीज़ा खाइए ते क्यों असी अपनी जवानी जड़ी बर्बाद कर रहे हैं नशे विच, क्योंकि अजकल जड़े जो भी कांड हो रहे, तुसी ते चलो प्रेस रिपोर्टर हो इन्ने वड्डे, तुहानू पता ही है कि तुहानू बार बार कॉल आउंदियां ने कि गोली चल गई, कि कोई मुंडा नशे करके मर गया, क्योंकि माँ प्यो वास्ते एक जो बच्चे नू पालदे आ बहुत औखा हुंदा पालना, पर वो जो उसकी लाश नू अपने मोढ़े ते चकदे आ ना वो सीन जड़ा कि दुनिया च मेरे ख्याल नरक तो वध ही हुंदा। इस करके मैं हाथ जोड़ के बेनती करती हाँ कि जेडे साडे कलाकार भाई है वह भी वधिया गाउण ते नशियां नू ते जेडे हथियारां नू प्रमोट असीं ना करिए। सुमन जी एक सवाल मैं लास्ट चाहते हैं, इंडस्ट्री ने की कहना चाहोगे? असं देखते भी कहें हमेशा एक दूजे की बांह फड़नी चाहिए जो कि माड़ा समा आ जाए, तो जो लोग जिम्मे नहीं किसी ने बांह फड़ी जो समा माड़ा आया, अभी बहुत लोगों लारे लाए भी अज करते हैं पलके करते हैं, कई ने फोन चुकने बंद कर देते, ठीक है, जिंदगी की सुनेहा देना चाहोगे अजे लोगों? मैं तो यही कहूँगी कि अगर मैं थोड़ी थान पर होंगी, मैं भी अरबपति करोड़पति होंगी, मैं हूँ भी अरबपति करोड़पति नहीं हाँ, पर मैं किसी भी पिंड जानी हाँ, मैं कन्वेंशन से जानी हाँ, मसीही प्रोग्राम से जानी हाँ, जा अखाड़े जानी हाँ, मैं जरूर उसे अनाउंस कर दी है भी जे किसी की बेटी का विआह होए मैं जिन्ने जोगी होगी मैं करांगी, क्योंकि साढ़े घर ये नहीं है कि जे आ गया तो चलो जी किसी को पूछना नहीं है, और फिर भी कुछ लोग ऐसे ने जिन्होंने मेरे माड़े समय के मेरे परिवार को डिगन नहीं दिता, उन्होंने मैं नाम दसना चाहनी हाँ, बाजवा सिंह जी, परविंदर खैरा जी, हूँ मेरे नाल मेरे एक टीम जुड़ी है ऑस्ट्रेलिया की, राज रजिंदर राज जी, पिंदर पिंदर जी, पिंदा जी और साजनप्रीत जी, इन लोगों ने गुरमीत ढिल्लों जी, इन लोगों ने मेरी बहुत मदद की आ माड़े समय के और बहुत ज़्यादा मतलब कि हूँ असी थोड़ा जहा असी थोड़ा जहा कर्जे तो थोड़ा मुक्त होए हैं और बहुत थोड़ी सुख की नींद आनी शुरू हुई है। तो जाने सुमन जी एक सूफियाना गीत भी दो लाइन जरूर साझी कर दें सूफियाना भी। हाँ जी आवो नी सयाराल देवो नी वदा आवोनी सयोरल देवोनी वदाई नी मैं वर पाया राजा माई नी मैं वर पाया राजा माई। बहुत बहुत धन्यवाद जी। हाँ जी धन्यवाद जी, बहुत